ਸਰਕਾਰ ਮੁਰਦਾਬਾਦ 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 ਸਾਨੂੰ ਸ਼ਾਹੀ ਨਹੀਂ ਚਲਾਗੀ ਨਹੀਂ ਚਲੇਗੀ ਨਹੀਂ ਚਲੇਗੀ। ਕਿਸਾਨ ਅੰਦੋਲਨ ਤੋਂ ਬਾਅਦ ਹੁਣ ਪੰਜਾਬ ਦੇ ਵੱਖ ਵੱਖ ਨੈਸ਼ਨਲ ਟੋਲਾਂ ਉੱਤੇ ਵੀ ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ ਟੋਲ ਫਰੀ ਕਰਾ ਦਿੱਤੇ ਗਏ ਨੇ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਣਾ ਚਾਹੂੰਗਾ। ਲੁਧਿਆਣਾ ਦੇ ਨਾਲ ਲੱਗਦੇ ਹਾਈਵੇ ਉੱਤੇ ਨੈਸ਼ਨਲ ਟੋਲ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਵੈ ਉਹ ਟੋਲ ਫਰੀ ਕਰਾ ਦਿੱਤਾ ਗਿਆ। ਇੱਕ ਵੱਡੀ ਤਾਦਾਦ ਦੇ ਵਿੱਚ ਜਿਹੜੇ ਨੇ ਹੈਗੇ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਹੋਏ ਨੇ, ਸਾਡੇ ਨਾਲ ਲੋਕ ਮੌਜੂਦ ਨੇ, ਕਿਸਾਨ ਉਹਨਾਂ ਨਾਲ ਅਸੀਂ ਗੱਲ ਕਰਦੇ। ਸਰ ਕੀ ਨਾਮ ਹੈ ਤੁਹਾਡਾ ਔਰ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਤੁਸੀਂ ਟੋਲ ਫਰੀ ਕਰਾਇਆ ਔਰ ਕਿਉਂ ਕਰਾਇਆ? ਮੈਂ ਅਮਰੀਕ ਸਿੰਘ, ਜ਼ਿਲ੍ਹਾ ਪ੍ਰਧਾਨ ਜਲੰਧਰ, ਬੀ ਕੇ ਜੋ ਕਾਦੀਆਂ ਜਥੇਬੰਦੀ। ਇਹ ਜਿਹੜਾ ਅੱਜ ਟੂਰ ਪਲਾਜ਼ਾ ਫਰੀ ਕੀਤਾ ਗਿਆ ਆ, ਇਹ ਜਿਹੜੇ ਸਾਡੇ ਕਿਸਾਨ ਸ਼ੰਭੂ ਬਾਰਡਰ 'ਤੇ ਅੰਦੋਲਨ ਕਰ ਰਹੇ ਆ, ਉਹਨਾਂ 'ਤੇ ਖੱਟਰ ਸਰਕਾਰ ਨੇ ਜੋ ਤਸ਼ੱਦਦ ਕੀਤਾ ਉਹਦੇ ਰੋਸ ਵਜੋਂ ਕੱਲ੍ਹ ਸਾਡੇ ਸੰਯੁਕਤ ਮੋਰਚੇ ਦੀ ਐਮਰਜੈਂਸੀ ਮੀਟਿੰਗ ਕੀ ਹੋਈ ਆ, ਉਹਦੇ ਵਿੱਚ ਅੱਜ ਦਾ ਜਿਹੜਾ ਡਿਸੀਜਨ ਲਿਆ ਗਿਆ ਐਮਰਜੈਂਸੀ, ਬਈ ਅੱਜ ਸਾਰੇ ਭਾਰਤ ਦੇ ਵਿੱਚ 11 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੇ ਟੂਰ ਪਲਾਜ਼ੇ ਫਰੀ ਕੀਤੇ ਜਾਣਗੇ ਔਰ ਫਰੀ ਅਸੀਂ ਕਰ ਦਿੱਤੇ ਆ। ਔਰ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ, ਸਰਕਾਰ ਇਹ ਨਾ ਸੋਚੇ ਵੀ ਅਸੀਂ ਵਾਖੇ ਹਾਂ, ਅਸੀਂ ਭਰਾ ਹਾਂ, ਅਸੀਂ ਇਕੱਠੇ ਹਾਂ। ਸਰਕਾਰ ਨੂੰ ਇੱਕ ਇਹ ਚੇਤਾਵਨੀ ਦਿੰਦੇ ਹਾਂ, ਕੱਲ੍ਹ ਤੱਕ ਅਗਰ ਸੈਂਟਰ ਸਰਕਾਰ ਜਾਂ ਖੱਟਰ ਸਰਕਾਰ ਨੇ ਜਿਹੜੇ ਉੱਥੇ ਕਿੱਲ ਕੱਢਦੇ ਆ, ਇਨੀ ਤਾਂ ਉਹ ਬਾਰਡਰ ਬਣਾ ਤਾ ਪਾਕਿਸਤਾਨ ਦਾ, ਬਈ ਇੱਥੋਂ ਜਾਂ ਤਾਂ ਸਾਨੂੰ ਵੱਖਰੇ ਕਰ ਦੇਣ, ਜੇ ਨਹੀਂ ਬਾਰਡਰ ਬਣਾਉਣਾ ਬਣਾ ਦੇਣ, ਸਾਨੂੰ ਵੱਖਰਾ ਕਰ ਦੇਣ, ਅਸੀਂ ਵੱਖਰੇ ਹੋਣ ਨੂੰ ਤਿਆਰ ਬੈਠੇ ਹਾਂ। ਪਰ ਮੈਨੂੰ ਇਹ ਪਤਾ ਲੱਗਦਾ ਵੀ ਇਹਨਾਂ ਸਰਕਾਰਾਂ ਨੇ ਅਸੀਂ ਤਾਂ ਕੁਛ ਮੰਗਦੇ ਨਹੀਂ, ਸਾਨੂੰ ਆਪਣੇ ਆਪੇ ਦੇ ਦੇਣਾ ਆ। ਇਸ ਕਰਕੇ ਅਸੀਂ ਇਹਨਾਂ ਨੂੰ ਚੇਤਾਵਨੀ ਦਿੰਦੇ ਹਾਂ, ਅਗਰ ਕੱਲ੍ਹ ਤੱਕ ਸਾਡੇ ਜਿਹੜੇ ਬੈਰੀਗੇਡ ਨਾ ਪੱਟੇ, ਸਾਡੇ ਕਿਸਾਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਾ ਦਿੱਤੀ, 18 ਤਰੀਕ ਨੂੰ ਫਿਰ ਸਾਡੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋ ਰਹੀ ਆ, ਜਿਹਦੇ ਵਿੱਚ ਬਹੁਤ ਤਕੜੇ ਫੈਸਲੇ ਲਏ ਜਾਣਗੇ। ਅਗਰ ਉਹਦੇ ਵਿੱਚ ਕੋਈ ਗੱਲਬਾਤ ਹੋਈ, ਅਗਰ ਕੋਈ ਗਰਮੀ ਦੀ ਗੱਲਬਾਤ ਹੋਈ, ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਮੋਰਚਾ ਕੋਈ ਸ਼ਾਂਤੀ ਪਸੰਦ ਮੋਰਚਾ ਆ, ਅਗਰ ਸਰਕਾਰ ਨੇ ਕੱਲ੍ਹ ਤੱਕ ਬਾਰਡਰ ਨਾ ਖੋਲ੍ਹੇ ਇਹਦੇ ਜਿਹੜੇ ਖੱਟਰ ਸਰਕਾਰ ਨੂੰ, ਤਾਂ ਸੈਂਟਰ ਸਰਕਾਰ ਨੂੰ ਇਹਦੇ ਗੰਭੀਰ ਛਿੱਟੇ ਭੁਗਤਣੇ ਪੈਣਗੇ। ਅਸੀਂ ਚੇਤਾਵਨੀ ਦਿੰਦੇ ਹਾਂ ਖੱਟਰ ਸਰਕਾਰ ਨੂੰ। ਕਿਹੋ ਜਿਹੀ ਚੇਤਾਵਨੀ ਰਹੂਗੀ, ਕਿੱਦਾਂ ਦੇ ਤਿੱਖੇ ਰੁੱਖ ਅਪਣਾਏ ਜਾ ਸਕਦੇ ਨੇ? ਕੀ ਕਹਿ ਸੜਕਾਂ ਦੇ ਉੱਤੇ ਤੁਸੀਂ ਉੱਤਰ ਆਏ ਹੋ, ਬੈਰੀਗੇਡ ਤੁਸੀਂ ਲਗਾਉਣੇ ਸ਼ੁਰੂ, ਜਿਹੜੇ ਟੋਲ ਹੈਗੇ ਨੇ ਉਹ ਫਰੀ ਕਰਾ ਦਿੱਤੇ ਨੇ, ਆਉਣ ਵਾਲੇ ਦਿਨਾਂ 'ਚ ਹੋਰ ਕੀ ਹੋ ਸਕਦਾ ਵਾ? ਹੋਰ ਜਿਹੜਾ ਕਿਸਾਨ ਜਥੇਬੰਦੀਆਂ, ਤੁਹਾਨੂੰ ਪਤਾ ਹੋਣਾ ਚਾਹੀਦਾ, ਸਰਕਾਰਾਂ ਨੂੰ ਵੀ ਪਤਾ, ਜਦੋਂ ਪਿੱਛੇ ਅਸੀਂ ਦਿੱਲੀ ਨੂੰ ਗਏ ਹਾਂ ਕਿਸ ਤਰ੍ਹਾਂ ਗਏ ਹਾਂ, ਫਿਰ ਅਸੀਂ ਉੱਦਾਂ ਦਿੱਲੀ ਜਾਵਾਂਗੇ। ਜਾਂ ਸਰਕਾਰ ਮਿਲਟਰੀ ਲਾ ਦੇਵੇ, ਜਿਹਨੂੰ ਮਰਜ਼ੀ ਸਾਨੂੰ ਰੋਕ ਕੇ ਦਿਖਾਵੇ, ਇਹਨੂੰ ਜਾ ਕੇ ਦਿਖਾਵਾਂਗੇ। ਪਰ ਅਸੀਂ ਜਿਹੜੀ ਸਾਡੀਆਂ ਜਥੇਬੰਦੀਆਂ ਸੰਯੁਕਤ ਮੋਰਚਾ ਇਸ ਪਾਸੇ ਵੱਲ ਨਹੀਂ ਜਾਣਾ ਚਾਹੁੰਦਾ, ਸ਼ਾਂਤਮਈ ਪਸੰਦ ਕਰਦੇ ਹਾਂ। ਅੱਗੇ ਵੀ 13 ਮਹੀਨੇ ਦਿੱਲੀ ਦੀਆਂ ਬਰੂਹਾਂ 'ਤੇ ਬਹਿ ਕੇ ਆਏ ਹਾਂ, ਸ਼ਾਂਤਮਈ ਢੰਗ ਨਾਲ ਉੱਥੋਂ ਅੰਦੋਲਨ ਜਿੱਤ ਕੇ ਆਏ ਹਾਂ। ਅੱਜ ਵੀ ਅਸੀਂ ਖੱਟਰ ਸਰਕਾਰ ਨੂੰ ਸੈਂਟਰ ਕਹਿੰਦੇ ਹਾਂ ਵੀ ਸਾਨੂੰ ਸ਼ਾਂਤਮਈ ਢੰਗ ਨਾਲ ਕੰਮ ਕਰਨ ਦਿਓ, ਜੋ ਕਿ ਸਾਡਾ ਜਮਹੂਰੀਅਤ ਹੱਕ ਆ। ਅਸੀਂ ਜਿਹੜੇ ਪ੍ਰਦਰਸ਼ਨ ਟੈਸਟ ਕਰ ਸਕਦੇ ਹਾਂ, ਤੁਸੀਂ ਸਾਨੂੰ ਜਾਣ ਬੁੱਝ ਕੇ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਦੇ ਗੋਲੇ ਛੱਡੇ, ਉਹਨਾਂ ਦੇ ਗੋਲੀਆਂ ਮਾਰੀਆਂ, ਜ਼ਖਮੀ ਕੀਤੇ, ਅਸੀਂ ਕਦੇ ਵੀ ਸਹਿਣ ਨਹੀਂ ਕਰਾਂਗੇ। ਅਤੇ ਅੱਜ ਤੋਂ ਟੋਲ ਪਲਾਜ਼ਾ ਕੇ ਸਿਰਫ 2 ਘੰਟੇ ਵਾਸਤੇ ਫਰੀ ਕੀਤੇ ਨੇ, 3 ਘੰਟੇ ਵਾਸਤੇ? ਅੱਜ ਤੋਂ 11 ਤੋਂ ਲੈ ਕੇ 2 ਵਜਦੇ 3 ਘੰਟੇ ਵਾਸਤੇ ਜਿਹੜਾ ਟੂਰ ਪਲਾਜ਼ਾ ਫਰੀ ਕੀਤਾ ਗਿਆ ਜੀ। ਠੀਕ ਹੈ, ਅਤੇ ਅੱਗੇ ਤੋਂ ਜਿਹੜੇ ਟੂਰ ਪਲਾਜ਼ਾ ਦੇ ਉੱਤੇ ਕੋਈ ਪ੍ਰਦਰਸ਼ਨ ਨਹੀਂ ਹੋਊਗਾ ਅੱਗੇ ਇਸ ਤੋਂ ਅੱਗੇ? ਦੇਖੋ, ਅੱਜ ਕੋਈ ਪ੍ਰਦਰਸ਼ਨ ਨਹੀਂ ਹੋਊਗਾ, ਅਗਰ ਸਰਕਾਰ ਨਹੀਂ ਗੱਲ ਮੰਨਦੀ। 18 ਦੀ ਕੱਲ੍ਹ ਤਾਂ ਟੋਟਲ ਬੰਦ ਆ, ਭਾਰਤ ਸਾਰਾ ਟੋਟਲ ਬੰਦ ਆ, ਅਸੀਂ ਸੜਕ 'ਤੇ ਚਿੜੀ ਵੀ ਫਰਕਣ ਨਹੀਂ ਦੇਵਾਂਗੇ। 18 ਤਰੀਕ ਨੂੰ SKM ਨੇ ਅਗਰ ਸਾਨੂੰ ਕਾਲ ਦੇ ਦਿੱਤੀ ਵੀ ਟੂਲ ਜਿਹੜੇ ਪਲਾਜ਼ੇ ਆ ਹਮੇਸ਼ਾ ਲਈ ਬੰਦ ਕਰ ਦਿਓ, ਅਣਮਿੱਥੇ ਸਮੇਂ ਲਈ ਉਹ ਬੰਦ ਕਰਾਂਗੇ। ਬਿਲਕੁਲ, ਅਣਮਿੱਥੇ ਸਮੇਂ ਵਾਸਤੇ ਜਿਹੜੀ ਆ ਚੇਤਾਵਨੀ ਉਹਨਾਂ ਦੇ ਦਿੱਤੀ ਹੈ ਕਿ ਟੋਲ ਪਲਾਜ਼ਾ ਜਿਹੜੇ ਨੇ ਉਹ
ਖੋਲ੍ਹ ਦਿੱਤੇ ਜਾਣਗੇ, ਫ੍ਰੀ ਕਰ ਦਿੱਤੇ ਜਾਣਗੇ। ਅਤੇ ਉਸ ਦੇ ਨਾਲ ਨਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਉੱਤੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਾਇਆ, ਹੋਰ ਆਗੂ ਜਿਹੜੇ ਹੈਗੇ ਨੇ ਦਰੀਆਂ ਇੱਥੇ ਵਿਛ ਚੁੱਕੀਆਂ ਨੇ ਲੋਕਾਂ ਨਾਲ, ਹੋਰ ਲੋਕਾਂ ਆਗੂ ਨਾਲ ਗੱਲ ਕਰਨ। ਸਰ ਕੀ ਕਹਿਣਾ ਚਾਹੋਗੇ, ਦਰੀਆਂ ਲਿਆਏ ਹੋ, ਟੋਲ ਪਲਾਜ਼ਾ ਫ੍ਰੀ ਕਰਾ ਦਿੱਤੇ ਨੇ 11 ਵਜੇ ਤੋਂ ਲੈ ਕੇ 2 ਵਜੇ ਤੱਕ? ਮੈਂ ਸੰਤੋਖ ਸਿੰਘ ਸੰਧੂ, ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨਜਨ। ਅੱਜ ਅਸੀਂ ਕੱਲ੍ਹ ਸੰਯੁਕਤ ਮੋਰਚੇ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਵੀ ਪੂਰੇ ਪੰਜਾਬ ਦੇ ਜਿਹੜੇ ਟੋਲ ਪਲਾਜ਼ੇ ਫ੍ਰੀ ਕਰਨੇ ਆ। ਸਾਡੀ ਜ਼ਿੰਮੇਵਾਰੀ ਲੱਗੀ ਆ ਜ਼ਿਲ੍ਹਾ ਜਲੰਧਰ ਵਾਲਿਆਂ ਦੀ ਵੀ ਜਿਹੜਾ ਸਭ ਤੋਂ ਵੱਡਾ ਟੂਲ ਪਲਾਜ਼ਾ ਆ, ਜਿਹੜਾ ਅੰਮ੍ਰਿਤ ਸ਼ਾਹ ਦੇ ਮੁੰਡੇ ਦਾ ਵੇ, ਤੁਸੀਂ ਬੰਦ ਕਰਾਉਣਾ। ਅਸੀਂ ਪਹਿਲਾਂ ਵੀ 15 ਮਹੀਨੇ ਸਾਰਿਆਂ ਨੇ, ਜਥੇਬੰਦੀਆਂ ਨੇ, ਸੰਯੁਕਤ ਮੋਰਚੇ ਨੇ ਇਹਨੂੰ ਬੰਦ ਕੀਤਾ, ਅਤੇ ਅੱਜ ਫਿਰ ਸਾਡੀ ਡਿਊਟੀ ਲੱਗੀ, ਅਸੀਂ ਇਹਨੂੰ ਬੰਦ ਕਰ ਦਿੱਤਾ ਪੂਰੇ 11 ਵਜੇ ਆ ਕੇ, ਔਰ 2 ਵਜੇ ਤਾਈਂ ਇਹ ਬੰਦ ਰਹੇਗਾ। ਇੱਕ ਨਾਲ ਹੀ ਅਸੀਂ ਇਹਨਾਂ ਦੀ ਮੈਨੇਜਮੈਂਟ ਨੂੰ ਦੱਸ ਦਿੱਤਾ ਵੀ ਜੇ ਤੁਸੀਂ ਲੋਕਾਂ ਨੇ ਫਾਸਟ ਟੈਗ ਲਾਏ ਆ, ਜੇ ਤੁਸੀਂ ਫਾਸਟ ਟੈਗ ਦੇ ਕਿਸੇ ਦੇ ਪੈਸੇ ਘੱਟੇ ਨਾ, ਇਹਦਾ ਖਮਿਆਜ਼ਾ ਭੁਗਤਣ ਨੂੰ ਤਿਆਰ ਹੋ, ਫਿਰ ਅਸੀਂ ਫੈਸਲਾ ਕਰਕੇ ਇਹਦਾ ਜਿਹੜਾ ਟਾਈਮ ਵਧਾ ਸਕਦੇ ਹਾਂ। ਇਸ ਕਰਕੇ ਹੈਗਾ ਵੀ ਕੰਧ 'ਤੇ ਲਿਖਿਆ ਪੜ੍ਹ ਲਓ, ਕਿਉਂਕਿ ਸਾਡਾ ਇਤਿਹਾਸ ਆ 15 ਮਹੀਨੇ ਦਾ। ਅਸੀਂ ਸ਼ਾਂਤੀ ਵਾਲੇ ਲੋਕ ਹਾਂ, ਸ਼ਾਂਤੀ ਨਾਲ ਲੜਨਾ ਚਾਹੁੰਦੇ ਹਾਂ। ਅਸੀਂ ਜਿਹੜੀ ਸਰਕਾਰ ਨੇ ਉੱਥੇ ਖੱਟੜ ਸਰਕਾਰ ਨੇ ਅਤੇ ਮੋਦੀ ਦੀ ਸਰਕਾਰ ਨੇ, ਜਿਹੜੀ ਭਾਜਪਾ ਦੀ ਸਰਕਾਰ ਆ, ਉਹਨਾਂ ਨੇ ਸਾਡੇ ਲੋਕਾਂ ਦੇ ਉੱਤੇ ਲਾਠੀਆਂ, ਗੋਲੀਆਂ, ਜਿਹੜੇ ਅਥਰੂ ਗੈਸ ਦੇ ਗੋਲੇ ਆ ਉਹ ਬੁਨਿਆਦ ਨੰਗੀ ਵਾਲੇ ਛੱਟੇ ਆ। ਸਰਕਾਰ ਮਤਲਬ ਕਿੰਨਾ ਕੁ ਲੋਕਤੰਤਰ, ਜਿਹੜੇ ਕਿ ਲੋਕਾਂ ਨੂੰ ਇਹ ਪੜ੍ਹਾ ਰਹੀ ਆ ਵੀ ਲੋਕਤੰਤਰ ਆ। ਅਸੀਂ ਤਾਂ ਕਹਿੰਦੇ ਵੀ ਤਾਂ ਲੋਕਤੰਤਰ ਨਹੀਂ ਹੈ, ਇੱਥੇ ਜੋਕਤੰਤਰ ਆ। ਜੋਕਾਂ ਦੀ ਗੱਲ ਹੋ ਰਹੀ, ਲੋਕਾਂ ਦੀ ਨਹੀਂ ਹੋ ਰਹੀ। ਕਾਰਪੋਰੇਟਾਂ ਨੂੰ ਵਧਾਵਾ ਦਿੱਤਾ ਜਾ ਰਿਹਾ, ਲੋਕਾਂ ਨੂੰ ਜਿਹੜਾ ਦਰੜਿਆ ਜਾ ਰਿਹਾ। ਬਹੁਤ ਸਾਰੇ ਸਾਡੇ ਲੋਕਾਂ ਦੇ ਟਰੈਕਟਰ ਪਾਟੇ ਆ, ਟਾਇਰ ਪਾਟੇ ਆ, ਬਹੁਤ ਸਾਰੇ ਲੋਕਾਂ ਦੇ ਜਿਹੜੇ ਆ ਅਥਰੂ ਗੈਸ ਦੇ ਗੋਲੇ ਚੱਲੇ ਆ, ਉਹ ਲੋਕਾਂ ਦੇ ਜਿਹੜੇ ਛੈਣੇ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਚਲਾਏ ਆ, ਉਹੋ ਹੀ ਲੋਕਾਂ ਦੇ ਜਿਹੜੇ 2-2 ਇੰਚ ਡੂੰਘੇ ਜਿਹੜੇ ਆ ਉਹ ਛੈਣੇ ਨੰਗੇ ਆ। ਸਰ ਅੱਜ ਮੀਟਿੰਗ ਹੋ ਰਹੀ ਹੈ, ਮੀਟਿੰਗ ਤੋਂ ਬਾਅਦ ਵੀ ਅਗਰ ਕੋਈ ਸਿੱਟਾ ਨਿਕਲਦਾ ਤਾਂ ਇਹ ਜਿਹੜਾ ਧਰਨਾ ਪ੍ਰਦਰਸ਼ਨ ਬੰਦ ਕਰ ਦਿੱਤਾ ਜਾਊਗਾ? ਦੇਖੋ, ਇਹ ਹਲੇ ਉਹ ਜਥੇਬੰਦੀਆਂ ਲੜ ਰਹੀਆਂ, ਹਲੇ SKM ਦਾ ਨਹੀਂ ਹੈ। ਜੇ ਉਹ ਮਤਲਬ ਅਸੀਂ ਤਾਂ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਆਏ ਹਾਂ, ਜੋ ਉਹ ਫੈਸਲਾ ਕਰਨਗੇ ਉਹ ਕਰਨਗੇ। ਅਸੀਂ SKM ਦਾ ਕੱਲ੍ਹ ਨੂੰ ਭਾਰਤ ਬੰਦ ਕਰ ਰਹੇ ਹਾਂ, ਉਹਨਾਂ ਦੀ ਸਪੋਰਟ ਦੇ ਵਿੱਚ ਵੀ, ਔਰ ਪੂਰਾ ਭਾਰਤ ਬੰਦ ਕਰ ਰਹੇ ਹਾਂ। ਉਹਦੇ 'ਚ ਕੱਲ੍ਹ ਨੂੰ ਸਾਰੀਆਂ ਮੁਲਾਜ਼ਮ, ਮਜ਼ਦੂਰ, ਵਿਦਿਆਰਥੀ, ਫੈਕਟਰੀਆਂ ਵਾਲੇ, ਰੋਡਵੇਜ਼ ਵਾਲੇ, ਟਰੱਕਾਂ ਵਾਲੇ, ਜਿਹੜੇ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਆ, ਉਹ ਅਸੀਂ ਬੰਦ ਕਰ ਲਈ ਸਾਰੇ, ਮਤਲਬ ਉਹਨੂੰ ਕੱਲ੍ਹ ਨੂੰ ਕਰਾਂਗੇ। ਅਤੇ 18 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਸੱਦ ਲਈ, ਜੇ ਸਰਕਾਰ ਟਸ ਤੋਂ ਮਸ ਨਾ ਹੋਏ ਤਾਂ ਅਗਲਾ ਐਕਸ਼ਨ ਜਿਹੜਾ। ਸਰ ਕੱਲ੍ਹ ਤੁਸੀਂ ਬੰਦ ਕਰਨ ਦੇ ਐਲਾਨ ਕਰ ਰਹੇ ਹੋ, ਬੰਦ ਦੇ ਵਿੱਚ ਫਿਰ ਲੋਕ ਪਰੇਸ਼ਾਨ ਹੋਣਗੇ? ਸਰ ਲੋਕਾਂ ਨੂੰ ਅਸੀਂ ਪਹਿਲਾਂ ਦੱਸ ਦਿੱਤਾ, ਲੋਕਾਂ ਨੂੰ ਬੇਨਤੀ ਕਰਦੇ ਹਾਂ ਵੀ ਦੇਖੋ, ਉਹ ਸਾਰਾ ਕੁਝ ਖੱਟੜ ਸਰਕਾਰ ਨੇ ਜਿਹੜਾ ਕੁਝ ਸੜਕਾਂ ਦੇ ਉੱਤੇ ਸਭ ਕੁਝ ਬੰਦ ਕਰਕੇ ਸੀਲ ਕਰ ਦਿੱਤਾ, ਇੰਟਰਨੈਟ ਬੰਦ ਕਰ ਦਿੱਤੇ। ਲੋਕਾਂ ਨੂੰ ਉਹਨਾਂ ਦੇ ਖਿਲਾਫ਼ ਬੋਲਣਾ ਚਾਹੀਦਾ, ਅਸੀਂ ਤਾਂ ਆਪਣੇ ਹੱਕ ਦੀ ਲੜਾਈ ਲੜ ਰਹੇ ਹਾਂ। ਇਸ ਕਰਕੇ ਮਤਲਬ ਹੈਗਾ ਵੀ ਉਹ ਜਿਹੜੇ ਲੋਕ ਆ, ਦੇਸ਼ ਧਰੋਹੀ ਉਹ ਲੋਕ ਆ ਜਿਹੜੇ ਅੱਜ ਦੇਸ਼ ਨਾਲ ਅਗਰਾਦੀ ਕਰ ਰਹੇ ਆ, ਅਸੀਂ ਤਾਂ ਪੰਜਾਬ ਦੇ ਇਨਸਾਫ਼ ਦਾ ਲੋੜ ਆ, ਸਾਂਭ ਦੀ ਲੜਾਈ ਲੜ ਰਹੇ ਹਾਂ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਜਿਹੜੇ ਹੈ ਸੱਚ ਹੱਕ ਸੱਚ ਦੀ ਜਿਹੜੀ ਲੜਾਈ ਦੀ ਗੱਲ ਕੀਤੀ ਜਾ ਰਹੀ ਹੈ ਕਿਸਾਨਾਂ ਪੱਖੋਂ, ਉਹਨਾਂ ਦਾ ਸਾਫ਼ ਤੌਰ 'ਤੇ ਕਿਹਾ ਜਾ ਰਿਹਾ ਵਾ ਕਿ ਜੇ ਅਗਰ BJP ਸਰਕਾਰ ਵੱਲੋਂ ਜਿਹੜੇ ਕਿਸਾਨਾਂ ਉੱਤੇ ਤਸ਼ੱਦਦ ਢਾਇਆ ਜਾ ਰਿਹਾ ਵਾ, ਉਹ ਹਟਾਇਆ ਨਾ ਗਿਆ ਜਾਂ ਉਸਨੂੰ ਘਟਾਇਆ ਨਾ ਗਿਆ, ਤਾਂ ਇਹ ਤਿੱਖਾ ਰੁੱਖ ਹੋਰ ਅਪਣਾ ਸਕਦੇ ਨੇ। ਜ਼ਿਆਦਾਤਰ ਰੋਹਿਤ ਗੋਟ, ਨਿਊਜ਼ 18।